चिट्टा इत्थे मिलदा है वल्लों उजड़िया होया परिवार। हे गुरु रामदास, तेरी नगरी च यह सब कुछ है। असीं किस समाज विच रह रहे हैं? मैं ते हुणे जस्ट सेवा करके आ रहा सी ते यह पोस्टर देख के होश उठ गई मेरे कि कित्थे रहने पे हाँ। साढ़े घरां तो सिर्फ दो दो मिनट का रस्ता है गुरु रामदास के दर का, बाबा दीप सिंह जी के दर का। वाहेगुरु 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 वाहेगुरु। पंजाब विच जदों भी चोणां हुंदियां ने उस वेले पंजाब विच सब तो वड्डा मुद्दा नशियां दा हुंदा है, लेकिन जिवें ही चोणां खत्म हो जांदियां ने नतीजे आ जांदे ने, सरकारां बन जांदियां ने, ते उस तो बाद यह मुद्दा गायब हो जांदा है। अमृतसर दे हलका दखणी च पैंदे चौंक मोणी तो यह वीडियो सामने आई, जिथे कंधां उत्ते चिट्टा इत्थों मिलदा है दे पोस्टर पंजाब दी असल स्थिति बयान कर रहे हन। ये पोस्टर किस वलों लगाए गए? उस दे नाम दी थां लिखिया होया है वलों बर्बाद परिवार। चश्मदीद दे मुताबक जदों वो देर रात करीब एक बजे सेवा करन लई गुरद्वारा साहब लई जा रहा सी तां उस वेले ये पोस्टर नहीं दिखे, पर जदों वो सेवा करके घर वापस परत रहा सी तां उस वेले ये पोस्टर वेखे गए अते उसने वीडियो बना के सोशल मीडिया ते शेयर कर दित्ती। ਭਾਜੀ ਮੈਂ ਮੋਨੀ ਚੌਂਕ ਦਾ ਵਾਸੀ ਹਾਂ ਔਰ ਮੈਂ ਰਾਤੀ ਜਦੋਂ ਸੇਵਾ 'ਤੇ ਜਾਣ ਲੱਗਾ ਸੀ ਇੱਕ ਵੱਜ ਕੇ ਇੱਕ ਪੰਜ ਮਿੰ ਪੰਜ 'ਤੇ ਉਦੋਂ ਤਾਂ ਕੁਛ ਵੀ ਨਹੀਂ ਲੱਗਾ ਸੀ, ਪਰ ਜਦੋਂ ਮੈਂ ਅਰਾਊਂਡ ਪੌਣੇ ਕੁ ਦੋ ਪੰਜ ਮਿੰਟ ਘੱਟ ਦੋ 'ਤੇ ਜਾਂ 2 ਵਜੇ ਘਰ ਜਦੋਂ ਆਇਆ ਤਾਂ ਇੱਕਦਮ ਮੇਰੀ ਨਜ਼ਰ ਸ਼ਟਰ 'ਤੇ ਪਈ ਕਿ ਕੋਈ ਪੋਸਟਰ ਲੱਗਾ ਆ। ਇੱਕ ਚੀਜ਼ ਨੂੰ ਮੈਂ ਇਹਨੂੰ ਨੋਟ ਕੀਤਾ, ਦੈਨ ਮੈਂ ਅੱਗੇ ਜਿੱਦਾਂ ਜਾਂਦਾ ਰਿਹਾ ਤਾਂ ਪੋਸਟਰ ਨਜ਼ਰ ਆਈ ਗਏ। ਫਿਰ ਇਸ ਚੀਜ਼ ਦੀ ਮੈਂ ਵੀਡੀਓ ਬਣਾਈ। ਇਹ ਵੀਡੀਓ ਬਣਾਉਣ ਦਾ ਇੱਕ ਮੋਟਿਵ ਸੀ ਕਿ ਆਪਾਂ ਕਿਸ ਸਮਾਜ ਦੇ ਵਿੱਚ ਰਹਿ ਰਹੇ ਹਾਂ ਕਿ ਸਾਡੇ ਘਰ ਤੋਂ ਕੇਵਲ 2 ਜਾਂ 3 ਮਿੰਟ ਦੀ ਦੂਰੀ 'ਤੇ ਗੁਰਦੁਆਰਾ ਸਾਹਿਬ ਹੈਗੇ ਨੇ, ਬਾਬਾ ਦੀਪ ਸਿੰਘ ਅਤੇ ਗੁਰੂ ਰਾਮਦਾਸ ਦਾ ਦਰ, ਅਤੇ ਇੱਥੇ ਚਿੱਟੇ ਨੇ ਆਪਣਾ ਦਸਤਖਤ ਇੰਨੀ ਕੁ ਭਾਰੀ ਦਿੱਤੀ ਹੈ ਕਿ ਥੱਲੇ ਉਜੜਿਆ ਹੋਇਆ ਪਰਿਵਾਰ ਨਾਲ ਲਿਖਿਆ ਕਿ ਇਹਦਾ ਮਤਲਬ ਕਿਸੇ ਦੇ ਜੀ ਗਿਆ ਹੋਏਗਾ ਅਤੇ ਅਗਲੇ ਨੇ ਦੁਖੀ ਹੋ ਕੇ ਸਾਰਾ ਕੁਛ ਕਦਮ ਚੁੱਕੇ ਨੇ। ਜਿਹੜਾ ਚਿੱਟੇ ਦਾ ਮਸਲਾ ਹੈ ਇਹ ਤਾਂ ਪ੍ਰਸ਼ਾਸਨ ਨੂੰ ਲੈਣਾ ਚਾਹੀਦਾ ਹੈ, ਪੁਲਿਸ ਨੂੰ ਲੈਣਾ ਚਾਹੀਦਾ ਹੈ, ਜਿਹੜੇ ਅੱਜ ਵੀ ਕਈ ਕੀ ਕਹਿੰਦੇ ਆ ਪੁਲਿਸ ਲਈ ਥੋੜ੍ਹੇ ਬਹੁਤ ਰਲੇ ਹੋਏ ਨੇ। ਅਸੀਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਕਿਉਂਕਿ ਚੰਦ ਲੋਕ ਨੇ ਜਿਹੜੇ ਇਹ ਮਹਿਕਮੇ ਨੂੰ ਖਰਾਬ ਕਰਦੇ ਪਏ ਨੇ। ਭਾਅ ਜੀ ਦੇਖੋ, ਬੜਾ ਦੁੱਖ ਹੁੰਦਾ ਚੀਜ਼ਾਂ ਦੇਖ ਕੇ। ਮੈਂ ਦੇਖਦਾ ਕਈ ਵਾਰ ਨੌਜਵਾਨ ਧੀਆਂ ਸਾਡੀਆਂ ਲੱਗੀਆਂ ਹੋਈਆਂ, ਉਹ ਪੰਜਾਬ ਜਿਹਨੂੰ ਅਸੀਂ ਪੰਜਾਬ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਅੱਜ ਨਸ਼ੇ ਦੀ ਚਿੜੀ ਬਣ ਕੇ ਰਹਿ ਗਿਆ। ਇਹ ਚੀਜ਼ ਨੂੰ ਦੁੱਖ ਹੁੰਦਾ, ਉਹ ਮਾਵਾਂ ਰੋਂਦੀਆਂ ਦੇਖੀਆਂ ਨਹੀਂ ਜਾਂਦੀਆਂ, ਕੁਰਲਾਈਆਂ ਨਹੀਂ ਦੇਖੀਆਂ ਜਾਂਦੀਆਂ, ਅੱਜ ਸਾਡਾ ਪੰਜਾਬ ਕਿੱਥੇ ਸਟੈਂਡ ਲੈ ਰਿਹਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।